ਪਟਿਆਲਾ ਤੋਂ ਇੱਕ ਮੰਦਭਾਗੀ ਖਬਰ ਨਿਕਲ ਕੇ ਸਾਹਮਣੇ ਆਈ ਆ, ਜਿੱਥੇ ਇੱਕ ਪਰਿਵਾਰ ਦੀਆਂ ਖੁਸ਼ੀਆਂ ਵੱਡੇ ਦੁਖਾਂਤ ਦੇ ਵਿੱਚ ਬਦਲ ਜਾਂਦੀਆਂ ਨੇ। ਪਰਿਵਾਰ ਦੇ ਵਿੱਚ ਨਵੇਂ ਜੀ ਦਾ ਜਨਮ ਹੋਣਾ ਹੁੰਦਾ ਹੈ ਤਾਂ ਬੱਚੇ ਨੂੰ ਜਨਮ ਦੇਣ ਤੋਂ ਬਾਅਦ ਅਚਾਨਕ ਉਸਦੀ ਮਾਂ ਦੀ ਸਿਹਤ ਵਿਗੜ ਜਾਂਦੀ ਹੈ ਅਤੇ ਬਾਅਦ ਦੇ ਵਿੱਚ ਉਸਦੀ ਮੌਤ ਹੋ ਜਾਂਦੀ ਹੈ, ਤਾਂ ਪੀੜਤ ਪਰਿਵਾਰ ਦੇ ਵੱਲੋਂ ਪ੍ਰਾਈਵੇਟ ਹਸਪਤਾਲ ਦੇ ਡਾਕਟਰਾਂ ਦੇ ਉੱਤੇ ਗੰਭੀਰ ਇਲਜ਼ਾਮ ਲਗਾਏ ਗਏ ਨੇ। ਤਾਂ ਪਟਿਆਲਾ ਤੋਂ ਬੇਹੱਦ ਮੰਦਭਾਗੀ ਖਬਰ ਨਿਕਲ ਕੇ ਸਾਹਮਣੇ ਆਈ ਆ, ਜਿੱਥੇ ਇੱਕ ਨਿੱਜੀ ਹਸਪਤਾਲ ਵਿੱਚ ਬੱਚੇ ਨੂੰ ਜਨਮ ਦੇਣ ਤੋਂ ਬਾਅਦ ਮਾਂ ਦੀ ਮੌਤ ਹੋ ਜਾਂਦੀ ਹੈ। ਪਰਿਵਾਰ ਦਾ ਕਹਿਣਾ ਹੈ ਕਿ ਜਿਸ ਸਮੇਂ ਪਰਿਵਾਰ ਹਸਪਤਾਲ ਵਿੱਚ ਆਇਆ ਸੀ ਤਾਂ ਉਸ ਸਮੇਂ ਸਭ ਕੁਝ ਠੀਕ ਸੀ, ਥੋੜ੍ਹਾ ਦਰਦ ਸੀ, ਜਿਸਦੇ ਚੱਲਦੇ ਰੋਜ਼ਾਨਾ ਚੈੱਕਅਪ ਦੇ ਦੌਰਾਨ ਔਰਤ ਨੂੰ ਚੈੱਕ ਕੀਤਾ ਗਿਆ ਅਤੇ ਬਾਅਦ ਦੇ ਵਿੱਚ ਘਰ ਭੇਜ ਦਿੱਤਾ ਗਿਆ। ਘਰ ਦੇ ਵਿੱਚ ਜਾ ਕੇ ਦਰਦ ਸ਼ੁਰੂ ਹੁੰਦਾ ਹੈ ਤਾਂ ਦੁਬਾਰਾ ਉਹ ਵਾਪਸ ਹਸਪਤਾਲ ਆ ਜਾਂਦੇ ਨੇ, ਜਿੱਥੇ ਡਾਕਟਰ ਉਹਨਾਂ ਨੂੰ ਕਹਿੰਦੇ ਨੇ ਕਿ ਤੁਰੰਤ ਡਿਲੀਵਰੀ ਕਰਨੀ ਪਵੇਗੀ, ਜਿਸ ਤੋਂ ਬਾਅਦ ਡਿਲੀਵਰੀ ਕੀਤੀ ਜਾਂਦੀ ਹੈ ਅਤੇ ਬੱਚੇ ਦਾ ਜਨਮ ਹੁੰਦਾ ਹੈ। ਪਹਿਲਾਂ ਤਾਂ ਸਾਰਾ ਕੁਝ ਠੀਕ ਰਹਿੰਦਾ ਹੈ, ਲੇਕਿਨ ਕੁਛ ਸਮੇਂ ਬਾਅਦ ਮਾਂ ਦੀ ਸਿਹਤ ਵਿਗੜਨ ਲੱਗ ਜਾਂਦੀ ਹੈ, ਅਚਾਨਕ ਬਲੀਡਿੰਗ ਸ਼ੁਰੂ ਹੋ ਜਾਂਦੀ ਹੈ ਅਤੇ ਬਾਅਦ ਦੇ ਵਿੱਚ ਮਹਿਲਾ ਨੂੰ ਪਟਿਆਲਾ ਦੇ ਸਰਕਾਰੀ ਹਸਪਤਾਲ ਦੇ ਵਿੱਚ ਭੇਜਿਆ ਜਾਂਦਾ ਹੈ, ਜਿੱਥੇ ਜਾ ਕੇ ਉਸ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ ਜਾਂਦਾ ਹੈ। ਤਾਂ ਪਰਿਵਾਰ ਨੇ ਹਸਪਤਾਲ ਦੇ ਡਾਕਟਰਾਂ ਦੇ ਉੱਤੇ ਅਣਗਹਿਲੀ ਵਰਤਣ ਦੇ ਇਲਜ਼ਾਮ ਲਾਏ ਨੇ। ਦੂਜੇ ਪਾਸੇ ਡਾਕਟਰਾਂ ਦਾ ਕਹਿਣਾ ਹੈ ਕਿ ਇਹ ਇੱਕ ਨੈਚੁਰਲ ਘਟਨਾ ਸੀ, ਉਹਨਾਂ ਨੇ ਕੋਈ ਵੀ ਅਣਗਹਿਲੀ ਆ ਜਿਹੜੀ ਉਹ ਨਹੀਂ ਵਰਤੀ। ਤਾਂ ਕੀ ਹੈ ਪੂਰਾ ਮਾਮਲਾ, ਕੀ ਕਹਿਣਾ ਹੈ ਵੱਖੋ ਵੱਖ ਪੱਖਾਂ ਦਾ ਇਸ ਪੂਰੇ ਮਾਮਲੇ ਬਾਰੇ, ਆਓ ਦੇਖਦੇ ਹਾਂ। ਇਹਨਾਂ ਦੀ ਜਿਹੜੀ ਮਿਸ ਜੀ ICICI ਬੈਂਕ ਵਿੱਚ ਚੰਡੀਗੜ੍ਹ ਜੋਬ ਕਰਦੀ ਸੀ, ਉਹਨੂੰ ਛੁੱਟੀ ਦੀ ਜ਼ਰੂਰਤ ਸੀ, ਉਹ ਸਰਕਾਰੀ ਹੋਸਪਿਟਲ ਦੇ ਵਿੱਚੋਂ ਹੀ ਮਿਲਦੀ ਹੈ। ਇਹਨਾਂ ਨੇ 2 ਮਹੀਨੇ ਲਈ ਟ੍ਰੀਟਮੈਂਟ ਉਹਦਾ ਮਾਡਲ ਟਾਊਨ ਤੋਂ ਕਰਵਾਇਆ ਹੋਸਪਿਟਲ ਦੇ ਵਿੱਚ, ਅਤੇ ਕੱਲ੍ਹ ਵੀ ਇਹ ਮਾਡਲ ਟਾਊਨ ਆਏ ਸੀ ਪਹਿਲਾਂ, ਅਤੇ ਉੱਥੇ ਜਿਹੜੀ ਮੈਡਮ ਸੀ ਜਿਹੜੀ ਪਹਿਲਾਂ ਰੂਟੀਨ ਦੇ ਵਿੱਚ ਚੈੱਕਅਪ ਕਰਦੀ ਸੀ ਉਹ ਛੁੱਟੀ 'ਤੇ ਸੀਗੀ ਵੀ 27-28 ਤਰੀਕ ਤੱਕ ਉਹ ਪਹੁੰਚੂਗੀ, 26-27 ਉਹਨਾਂ ਨੇ ਦੱਸਿਆ ਵੀ ਉਹ ਪਹੁੰਚੂਗੀ। ਇਹ ਕਹਿੰਦੇ ਵੀ ਚਲੋ ਰੂਟੀਨ ਦੇ ਵਿੱਚ ਉਹਨਾਂ ਤੋਂ ਚੈੱਕਅਪ ਕਰਵਾ ਲੈਂਦੇ ਹਾਂ। ਗਗਨਦੀਪ ਕੌਰ ਬਹੁਤ ਨੋਰਮਲ ਸੀਗੀ, ਕੋਈ ਉਹਦੇ ਪੇਨ ਨਹੀਂ ਸੀ, ਕੁਛ ਨਹੀਂ ਸੀ, ਅਤੇ ਇਹ ਬਿੱਟੂ ਇਹਦਾ ਹਸਬੈਂਡ ਆ, ਇਹ ਲੈ ਕੇ ਉੱਥੇ ਚਲਿਆ ਗਿਆ। ਉੱਥੇ ਹੋਸਪਿਟਲ ਵਾਲਾ ਨੇ ਕਿਹਾ ਵੀ ਤੂੰ ਆਟੋ ਟਾਈਮ ਹੀ ਇਸ ਨੂੰ ਇੱਥੇ ਐਡਮਿਟ ਕਰੋ। ਇਹ ਕਹਿੰਦੇ ਵੀ ਇੱਦਾਂ ਦੀ ਤਾਂ ਕੋਈ ਗੱਲ ਹੈ ਨਹੀਂ, ਕੋਈ ਪੇਨ ਨਹੀਂ ਹੈਗੀ, ਕੁਛ ਨਹੀਂ। ਅਤੇ ਰਿਪੋਰਟਾਂ ਦੇ ਮੁਤਾਬਕ 2 ਜੁਲਾਈ ਦੀ ਡੇਟ ਸੀਗੀ ਡਿਲੀਵਰੀ ਹੋਣ ਦੀ, ਅਤੇ ਉਹਨਾਂ ਨੇ ਜੀ ਮੌਕੇ 'ਤੇ ਇਹਨਾਂ ਨੇ ਫਿਰ ਜਵਾਬ ਦਿੱਤਾ ਵੀ ਅਸੀਂ ਆਟੋ ਟਾਈਮ ਨਹੀਂ ਕਰ ਸਕਦੇ ਇੱਥੇ ਐਡਮਿਟ, ਸੋਰੀ ਨਹੀਂ ਹੋ ਸਕਦੇ, ਅਤੇ ਸਾਡੀ ਇੱਕ ਮਰਯਾਦਾ ਨਗਰ ਦੀ ਵੀ ਜਿਹੜਾ ਅਸੀਂ ਕੋਈ ਵੀ ਕੰਮ ਕਰਦੇ ਹਾਂ ਉਹ ਗੁਰੂ ਘਰ ਮੱਥਾ ਟੇਕ ਕੇ ਫੇਰ ਕਰਦੇ ਹਾਂ, ਨਾਲੇ ਸਾਡੇ ਕੋਲ ਕੋਈ ਪੈਸਾ ਨਹੀਂ ਹੈਗਾ, ਠੀਕ ਹੈ, ਪੈਸਾ ਹੋਵੇ ਫਿਰ ਵੀ ਅਸੀਂ ਰਹਿ ਸਕਦੇ, ਅਸੀਂ ਆਪਣੀ ਮੰਮੀ ਡੈਡੀ ਨੂੰ ਉਹਨਾਂ ਨੂੰ ਵੀ ਦੱਸਾਂਗੇ ਜਾ ਕੇ ਲੈ ਕੇ ਆਵਾਂਗੇ ਨਾਲ। ਅਤੇ ਇਹਨਾਂ ਨੇ ਕਿਤੇ ਪਰਿਵਾਰ ਦੇ ਦੱਸਣ ਦੇ ਮੁਤਾਬਕ ਉਹ ਬੱਚੀ ਦੇ ਯੂਟਰਸ ਦੇ ਅੰਦਰ ਕੋਈ ਮੈਡੀਸਨ ਰੱਖ ਦਿੱਤੀ, ਪਿੰਡ ਜਾ ਕੇ ਉਹਦੇ ਪੇਨ ਸ਼ੁਰੂ ਹੋ ਗਈ, ਗੁਰੂ ਘਰ ਮੱਥਾ ਟੇਕ ਕੇ ਇੱਥੇ ਆ ਗਏ। ਆ ਕੇ ਜੀ ਇਹਨਾਂ ਨੇ ਐਡਮਿਟ ਕਰ ਲਏ, 7 ਵਜੇ ਡਿਲੀਵਰੀ ਹੁੰਦੀ ਹੈ, ਨੋਰਮਲ ਡਿਲੀਵਰੀ ਹੋਈ ਹੈ। ਉਹ ਡਿਲੀਵਰੀ ਹੋਣ ਤੋਂ ਬਾਅਦ ਜੀ ਜਿੱਥੇ ਤੱਕ ਪਰਿਵਾਰ ਦੇ ਦੱਸਣ ਦੇ ਮੁਤਾਬਕ, ਕਿਉਂਕਿ ਜਾਂ ਤਾਂ ਬੱਚਾ 1 ਲੱਖ ਜ਼ੋਰ ਲਾਤਾ ਕਿਸੇ ਅਨਟ੍ਰੇਨਡ ਦਾਈ ਨੇ, ਅਤੇ ਉਸਦੇ ਯੂਟਰਸ ਦੇ ਅੰਦਰ ਕੋਈ ਪੇਨ ਸੀਗੀ ਜਿਹੜੀ, ਠੀਕ ਹੈ, ਉਹ ਫ੍ਰੈਕਚਰ ਹੋ ਗਈ ਅੰਦਰੋਂ ਅਤੇ ਬਲੀਡਿੰਗ ਸ਼ੁਰੂ ਹੋ ਗਈ। ਇਹਨਾਂ ਨੂੰ 2-2.5 ਘੰਟੇ ਪਰਿਵਾਰ ਨੂੰ ਉਹਨਾਂ ਨੇ ਜਮੀ ਨਹੀਂ ਦੱਸਿਆ, ਨਾ ਬੇਬੀ ਦਾ ਮੂੰਹ ਦਿਖਾਇਆ, ਨਾ ਕੁਛ ਹੋਰ ਕੀਤਾ, ਠੀਕ ਹੈ। ਜਾਂ ਜ਼ਿਆਦਾ ਸੀਰੀਅਸ ਹੋ ਗਈ ਫਿਰ ਇਹਨਾਂ ਨੂੰ ਬੁਲਾਇਆ ਵੀ ਇੱਦਾਂ ਕਰਕੇ ਬਲੱਡ ਦੀ ਲੋੜ ਹੈਗੀ ਆ ਐਮਰਜੈਂਸੀ, ਇਹਨੇ ਬਲੱਡ ਦਾ ਵੀ ਟ੍ਰੀਟਮੈਂਟ ਕੀਤਾ, ਕਹਿੰਦੇ ਵੀ ਡਾਕਟਰ ਵੀ ਹੋਰ ਬੁਲਾਉਣਾ ਪਊਗਾ, ਕਹਿੰਦੇ ਵੀ ਤੁਸੀਂ ਜਿਹੜੇ ਮਰਜ਼ੀ ਡਾਕਟਰ ਨੂੰ ਬੁਲਾਓ, ਸਾਡਾ ਤਾਂ ਪੇਸ਼ੈਂਟ ਸਾਨੂੰ ਸਹੀ ਚਾਹੀਦਾ।
ਨੀਅਰ ਅਬਾਊਟ 10 ਵਜੇ ਦੇ ਕਰੀਬ ਉਹਨਾਂ ਨੇ ਜਵਾਬ ਦਿੱਤਾ ਵੀ ਜਿੱਥੇ ਮਰਜ਼ੀ ਤੁਸੀਂ ਲੈ ਜਾਓ ਇਹਨੂੰ। ਠੀਕ ਆ, ਫਿਰ ਉਹਨਾਂ ਦੀ ਇੱਕ ਵੱਡੀ ਅਣਗਹਿਲੀ ਇਹ ਵੀ ਦੇਖੀ, ਕੋਈ ਉਹਨਾਂ ਨੇ ਐਂਬੂਲੈਂਸ ਦਾ ਪ੍ਰਬੰਧ ਨਹੀਂ ਕੀਤਾ। ਇਹਨਾਂ ਦੇ ਜ਼ੋਰ ਪਾਉਣ 'ਤੇ ਚਲੋ ਬਾਹਰੋਂ ਕੋਈ ਐਂਬੂਲੈਂਸ ਉਹਨਾਂ ਨੇ ਬੁਲਾਈ ਅਤੇ ਨਾਲ ਕੋਈ ਆਉਣ ਨੂੰ ਤਿਆਰ ਨਹੀਂ ਸੀ। ਫਿਰ ਇਹਨਾਂ ਨੇ ਕਾਫੀ ਉੱਥੇ ਰੌਲਾ ਪਾਇਆ ਅਤੇ ਰੌਲਾ ਪਾਉਣ ਤੋਂ ਬਾਅਦ ਇੱਕ ਦੋ ਲੜਕੇ ਉਹਨਾਂ ਨੇ ਉੱਥੋਂ ਭੇਜੇ ਹੋਸਪਿਟਲ ਦੇ ਵਿੱਚੋਂ, ਉਹ ਵੀ ਜਦੋਂ ਇੱਥੇ ਆ ਕੇ ਵਾਸ਼ਰੂਮ ਦੇ ਬਾਹਰ ਨੇ ਉਹ ਵੀ ਇੱਥੋਂ ਨਿਕਲ ਗਏ। ਅਤੇ ਜਦੋਂ ਡਾਕਟਰ ਸਾਹਿਬਾਨਾਂ ਨੇ ਇੱਥੇ ਚੈੱਕਅਪ ਕੀਤਾ, ਉਹ ਕਹਿੰਦੇ ਵੀ ਇਹ ਤਾਂ ਡੈੱਡ ਆ, ਇਹਦੇ 'ਚ ਕੁਛ ਨਹੀਂ ਹੈਗਾ। ਇਹਨਾਂ ਨੇ ਕਿਹਾ ਵੀ ਅਸੀਂ PGI ਲੈ ਚੱਲਦੇ ਹਾਂ, ਕਹਿੰਦੇ ਵੀ ਲੈ ਜਾਣ ਵਾਲੀ ਕੋਈ ਸਿਚੁਏਸ਼ਨ ਇਹ ਹੈ ਹੀ ਨਹੀਂ ਵੀ ਤੁਸੀਂ ਲੈ ਕੇ ਜਾਓਗੇ। ਠੀਕ ਹੈ, ਪਹਿਲੀ ਮੌਤ ਹੋ ਚੁੱਕੀ ਸੀ। ਲੈ ਕੇ ਆਏ ਸੀ 20 ਤਰੀਕ ਨੂੰ ਜੀ, ਮੇਰਾ ਪਿੰਡ ਮੂਨਖੜਾ ਜੀ, ਅਸੀਂ ਨੋਰਮਲ ਚੈੱਕਅਪ ਲਈ ਆਏ ਸੀਗੇ ਜੀ, ਅਤੇ ਚੈੱਕਅਪ ਕੀਤਾ ਉਹਨਾਂ ਨੇ, ਤਾਂ ਚੈੱਕਅਪ ਕਰਦੇ ਉਹਨਾਂ ਨੇ ਦਵਾਈ ਰੱਖਤੀ ਆ। ਠੀਕ ਆ, ਕਹਿੰਦੇ ਵੀ ਅੱਜ ਡਿਲੀਵਰੀ ਹੋ ਜੂਗੀ। ਜਦ ਡਿਲੀਵਰੀ ਦਾ ਟਾਈਮ ਪਿਆ ਸੀਗਾ 2-7 ਤੱਕ ਉਹਨਾਂ ਦਾ ਡਿਲੀਵਰੀ ਦਾ ਟਾਈਮ ਹੈਗਾ ਸੀਗਾ ਜੀ, ਉਹਨਾਂ ਨੇ ਪਹਿਲਾਂ ਹੀ ਰੱਖਤੀ ਅਤੇ ਜਾਂਦੀ ਕਹਿੰਦੇ ਇੱਥੇ ਐਡਮਿਟ ਕਰ ਲਓ। ਅਤੇ ਮੈਂ ਉਹਨਾਂ ਨੂੰ ਕਿਹਾ ਵੀ ਮੈਂ ਨਹੀਂ ਕਰ ਸਕਦਾ, ਮੈਂ ਕਿਸੇ ਨੂੰ ਦੱਸ ਕੇ ਨਹੀਂ ਆਉਣਾ, ਮੇਰੇ ਨਾਲ ਕੋਈ ਲੇਡੀ ਸਾ, ਵੀ ਇੰਨੀ ਜਲਦੀ ਨਹੀਂ ਹੋ ਸਕਦਾ, ਨਾ ਕੋਈ ਦਰਦ ਹੈਗਾ ਸੀ, ਨੋਰਮਲ ਹੀ ਬਿਲਕੁਲ ਨੋਰਮਲ ਸੀਗਾ ਉਹ। ਠੀਕ ਆ, ਉਸ ਤੋਂ ਬਾਅਦ ਸਾਨੂੰ ਘਰ ਭੇਜਿਆ ਗਿਆ, ਘਰ ਦਰਦ ਹੋ ਗਿਆ, ਬਲੀਡਿੰਗ ਹੋਣ ਲੱਗੀ। ਫਿਰ ਅਸੀਂ ਹੋਸਪਿਟਲ ਆ ਗਏ 5-6 ਦੇ ਕਰੀਬ, ਅਤੇ ਉੱਥੇ ਆ ਕੇ 7:15 ਡਿਲੀਵਰੀ ਹੁੰਦੀ ਹੈ ਜੀ, ਅਤੇ ਬੱਚਾ ਹੁੰਦਾ ਹੈ, 1 ਦਿਨ ਦਾ ਬੱਚਾ ਹੈ ਜੀ। ਅਤੇ ਉਸ ਤੋਂ ਬਾਅਦ ਉਹਨਾਂ ਨੂੰ ਨਾ ਮਿਲਣ ਦਿੱਤਾ, ਮਾਤਾ ਉਹਦੀ ਮਾਂ ਨੂੰ ਵੀ ਨਹੀਂ ਮਿਲਣ ਦਿੱਤਾ, ਨਾ ਬੱਚੇ ਨੂੰ ਮਿਲਣ ਦਿੱਤਾ। 3-4 ਘੰਟੇ ਹੁੰਦੀ ਗਈ, ਬਲੀਡਿੰਗ ਹੁੰਦੀ ਰਹੀ ਆ, ਅਤੇ ਨਾ ਸਾਨੂੰ ਕੁਛ ਦੱਸਿਆ ਗਿਆ। ਅਤੇ ਉਸ ਤੋਂ ਬਾਅਦ ਲਾਸਟ 'ਤੇ ਰੈਫਰ ਕਰਤਾ ਇਹਨਾਂ ਨੇ ਰਜਿੰਦਰ ਹੋਸਪਿਟਲ। ਜਦੋਂ ਰਜਿੰਦਰ ਹੋਸਪਿਟਲ ਲੈ ਗਿਆ ਤਾਂ ਬਿਲਕੁਲ ਡੈੱਡ ਸੀਗੀ, ਡਾਕਟਰ ਕਹਿੰਦੇ ਬਿਲਕੁਲ ਡੈੱਡ ਹੈ। 4 ਸਾਲ ਹੋ ਗਏ ਜੀ, ਮੈਨੂੰ ਪੂਰਾ ਇਨਸਾਫ ਚਾਹੀਦਾ ਜੀ। ਸੈਕਿੰਡ ਬੱਚਾ ਸੀਗਾ, ਪਹਿਲਾਂ 3 ਸਾਲ ਦੀ ਬੇਟੀ ਹੈ ਜੀ, 1 ਦਿਨ ਦਾ ਬੱਚਾ ਸੀਗਾ ਜੀ। ਡਾਕਟਰ ਦੀ ਅਣਗਹਿਲੀ ਨਾਲ ਮੇਰੀ ਵਾਈਫ ਦੀ ਡੈਥ ਹੋ ਚੁੱਕੀ। ਕੀ ਮਸਲਾ ਜੀ, ਜਿਹੜਾ ਤੁਹਾਡੇ ਦੇ ਇਲਜ਼ਾਮ ਲੱਗੇ ਨੇ ਕਿ ਜਿਹੜੀ ਲੇਡੀ ਆ ਉਸਦੀ ਜਿਹੜੀ ਡੈਥ ਹੋਈ ਹੈ, ਕੀ ਮਸਲਾ ਕੀ ਹੈ? ਕੁਛ ਨਹੀਂ ਮਸਲਾ ਜੀ, ਆਈ ਹੈ ਮੇਰੇ ਕੋਲ ਪੇਸ਼ੈਂਟ, ਜਿਵੇਂ ਨੋਰਮਲ ਰੂਟੀਨ 'ਚ ਆਉਂਦੇ ਨੇ ਪੇਸ਼ੈਂਟ। ਉਹਦੀ ਬੱਚਿਆਂ ਦਾ ਮੂੰਹ ਖੁੱਲ੍ਹਾ ਪਿਆ ਸੀਗਾ, ਅਸੀਂ ਉਹਨੂੰ ਡਿਲੀਵਰੀ ਕੀਤੀ ਹੈ, 6 ਵਜੇ ਆਈ ਹੈ, 7 ਵਜੇ ਡਿਲੀਵਰੀ ਹੋ ਗਈ ਹੈ। ਕੋਈ ਜ਼ਬਰਦਸਤੀ ਡਿਲੀਵਰੀਆਂ ਕਰ ਸਕਦੇ ਤੁਸੀਂ? ਬਸ ਫਿਰ ਤੁਹਾਡੇ 8:15 ਨੂੰ ਬਿਲਕੁਲ ਸੈੱਟ ਕਰਕੇ ਅੰਦਰੋਂ, ਜਿਵੇਂ ਪੇਸ਼ੈਂਟ ਦਾ ਅਸੀਂ ਰੂਟੀਨ 'ਚ BP ਪਲਸ ਦੇਖਣਾ ਹੁੰਦਾ ਸਾਰਾ ਕਰਕੇ ਬਾਹਰ ਆਏ, ਜੋਤ ਬੱਤੀ ਕਰਨ ਲੱਗਿਆ, ਆਪਣਾ OPD ਬੈਠੀ ਸੀ ਉਹ ਦੇਖਣ ਲੱਗਿਆ। ਉਸ ਤੋਂ ਬਾਅਦ ਸਡਨਲੀ ਉਹ 9 ਵਜੇ ਉਹਦੀ ਉਹਨੂੰ ਬਲੀਡਿੰਗ ਹੋ ਗਈ ਹੈ। ਬਸ ਕੁਛ ਵੀ ਕਹਿ ਸਕਦੇ।